ਪੰਜਾਬ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਹਾਂ ਸੁੱਖ ਪੱਟੀਵਾਲ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕੱਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਨੇ। ਰੋਡਰੇਜ ਮਾਮਲੇ ਦੇ ਵਿੱਚ 1 ਸਾਲ ਦੀ ਸਜ਼ਾ ਭੁਗਤ ਰਹੇ ਨੇ ਨਵਜੋਤ ਸਿੰਘ ਸਿੱਧੂ। ਪਰ ਬੇਸ਼ੱਕ ਅੱਜ ਸਿੱਧੂ ਜੇਲ੍ਹ ਦੇ ਪਿੱਛੇ ਨੇ, ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ, ਪਰ ਚਰਚਾਵਾਂ ਦੇ ਵਿੱਚ ਲਗਾਤਾਰ ਬਣੇ ਰਹਿੰਦੇ ਨੇ, ਕਿਉਂਕਿ ਕਦੇ ਨਵਜੋਤ ਸਿੰਘ ਸਿੱਧੂ ਆਪਣੀ ਵੀਆਈਪੀ ਡਾਇਟ ਨੂੰ ਲੈ ਕੇ ਚਰਚਾ ਦੇ ਵਿੱਚ ਆ ਜਾਂਦੇ ਨੇ, ਤਾਂ ਹੁਣ ਵੀਆਈਪੀ ਕੰਮ ਨੂੰ ਲੈ ਕੇ ਚਰਚਾਵਾਂ ਦੇ ਵਿੱਚ ਆਏ ਨੇ। ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਭੇਜਿਆ ਗਿਆ ਸੀ ਤਾਂ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਸੀ ਕਿ ਬਹੁਤ ਥੋੜ੍ਹੇ ਕੰਮ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਖੁਦ ਹੱਥੀਂ ਕੀਤੇ ਹੋਣ, ਪਰ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਕੰਮ ਕਰਨੇ ਪੈਂਦੇ ਨੇ, ਤਾਂ ਅਜਿਹੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਅੰਦਰ ਕਿਹੜਾ ਕੰਮ ਕਰਨਗੇ। ਤਾਂ ਹੁਣ ਨਵਜੋਤ ਸਿੰਘ ਸਿੱਧੂ ਨੂੰ ਕੰਮ ਤਾਂ ਦੇ ਦਿੱਤਾ ਗਿਆ, ਪਰ ਕੰਮ ਵੀਆਈਪੀ ਹੀ ਦਿੱਤਾ ਗਿਆ। ਤਾਂ ਦੱਸ ਦਈਏ ਕਿ ਪਹਿਲਾਂ ਕ੍ਰਿਕਟ, ਫਿਰ ਕਮੈਂਟਰੀ, ਫਿਰ ਸਿਆਸਤ, ਹੁਣ ਕਲਰਕ ਬਣਨ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ। ਜੇਲ੍ਹ ਦੇ ਵਿੱਚ ਕਲਰਕੀ ਦਾ ਕੰਮ ਆ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਨੂੰ ਸੌਂਪਿਆ ਗਿਆ ਹੈ। ਪਹਿਲਾਂ ਵੀਆਈਪੀ ਖਾਣਾ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਜਾ ਰਿਹਾ ਗਾ, ਕਿਉਂਕਿ ਤੁਹਾਡੇ ਯਾਦ ਹੋਣਾ ਨਵਜੋਤ ਸਿੰਘ ਸਿੱਧੂ ਨੇ ਪਟੀਸ਼ਨ ਪਾਈ ਸੀ ਕੋਰਟ ਦੇ ਵਿੱਚ, ਕਿਹਾ ਸੀ ਕਿ ਮੈਨੂੰ ਕਣਕ ਤੋਂ ਐਲਰਜੀ ਆ, ਮੈਂ ਜੇਲ੍ਹ ਦੀ ਦਾਲ ਰੋਟੀ ਨਹੀਂ ਖਾ ਸਕਦਾ। ਤਾਂ ਜਦੋਂ ਪਟੀਸ਼ਨ ਪਾਈ ਸੀ, ਪਟੀਸ਼ਨ 'ਤੇ ਰਿਵਿਊ ਹੁੰਦਾ ਹੈ, ਇਹ ਤਾਂ ਰਜਿੰਦਰਾ ਹਸਪਤਾਲ ਦੇ ਵਿੱਚ ਬਾਡੀ ਚੈੱਕਅਪ ਦੇ ਲਈ ਨਵਜੋਤ ਸਿੰਘ ਸਿੱਧੂ ਨੂੰ ਲਿਜਾਇਆ ਜਾਂਦਾ, ਤਾਂ ਹਸਪਤਾਲ ਦੇ ਵੱਲੋਂ, ਡਾਕਟਰਾਂ ਦੇ ਵੱਲੋਂ ਪੂਰਾ ਇੱਕ ਡਾਇਟ ਚਾਰਟ ਬਣਾ ਕੇ ਨਵਜੋਤ ਸਿੰਘ ਸਿੱਧੂ ਦੇ ਲਈ ਦਿੱਤਾ ਜਾਂਦਾ। ਤਾਂ ਉਸ ਡਾਇਟ ਚਾਰਟ ਦੇ ਅਨੁਸਾਰ ਹੁਣ ਨਵਜੋਤ ਸਿੰਘ ਸਿੱਧੂ ਨੂੰ ਖਾਣਾ ਦਿੱਤਾ ਜਾ ਰਿਹਾ। ਖਾਣਾ ਵੀ ਆਮ ਕੈਦੀਆਂ ਵਾਂਗ 3 ਵਾਰ ਨਹੀਂ, ਬਲਕਿ ਜਨਾਬ ਹੋਰਾਂ ਨੂੰ ਖਾਣਾ ਜੇਲ੍ਹ ਦੇ ਅੰਦਰ 7 ਵਾਰ ਮਿਲਣਾ। 7 ਵਾਰ ਦਿਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਖਾਣਾ ਖਾਣਗੇ। ਕਦੇ ਬਦਾਮ ਖਾ ਰਹੇ ਨੇ, ਕਦੇ ਉਹਨਾਂ ਨੂੰ ਸੂਪ ਮਿਲ ਰਿਹਾ, ਕਦੇ ਇੱਕ ਰੋਟੀ ਮਿਲ ਰਹੀ ਆ, ਕਦੇ ਜੂਸ ਮਿਲ ਰਿਹਾ। ਤਾਂ ਵੱਖ ਵੱਖ ਚੀਜ਼ਾਂ ਨੇ ਜਿਹੜੀਆਂ ਨਵਜੋਤ ਸਿੰਘ ਸਿੱਧੂ ਨੂੰ ਉਹ ਜੇਲ੍ਹ ਦੇ ਵਿੱਚ ਮਿਲ ਰਹੀਆਂ ਨੇ। ਹਾਲਾਂਕਿ ਇਹ ਗੱਲ ਸਪਸ਼ਟ ਹੋ ਚੁੱਕੀ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਕਣਕ ਤੋਂ ਐਲਰਜੀ ਨਹੀਂ ਆ, ਡਾਕਟਰਾਂ ਦੇ ਵੱਲੋਂ ਇਹ ਗੱਲ ਕਲੀਅਰ ਕੀਤੀ ਗਈ ਆ। ਜਦੋਂ ਕਿ ਨਵਜੋਤ ਸਿੰਘ ਸਿੱਧੂ ਵਾਰ ਵਾਰ ਕਹਿ ਰਹੇ ਸੀ ਕਿ ਮੈਨੂੰ ਕਣਕ ਤੋਂ ਐਲਰਜੀ ਆ, ਮੈਂ ਕਣਕ ਦੀ ਰੋਟੀ ਨਹੀਂ ਖਾ ਸਕਦਾ, ਬਲਕਿ ਜਿਸ ਢੰਗ ਦੇ ਨਾਲ ਕਈ ਬਿਮਾਰੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਘਿਰੇ ਹੋਏ ਨੇ, ਤਾਂ ਅਜਿਹੇ ਦੇ ਵਿੱਚ ਡਾਕਟਰੀ ਜਿਹੜੀ ਸਲਾਹ ਇਹ ਆ ਕਿ ਨਵਜੋਤ ਸਿੰਘ ਸਿੱਧੂ ਦਾ ਭਾਰ ਨਹੀਂ ਵਧਣਾ ਚਾਹੀਦਾ। ਜੇ ਭਾਰ ਵਧਿਆ ਤਾਂ ਸਰੀਰਕ ਤੌਰ 'ਤੇ ਥੋੜ੍ਹਾ ਨੁਕਸਾਨ ਦਾ ਸਾਹਮਣਾ ਨਵਜੋਤ ਸਿੰਘ ਸਿੱਧੂ ਨੂੰ ਕਰਨਾ ਪੈ ਸਕਦਾ, ਜਿਸ ਦੇ ਚੱਲਦਿਆਂ ਭਾਰ ਨਾ ਵਧੇ, ਉਸ ਕਰਕੇ ਡਾਇਟ 'ਤੇ ਨੇ ਨਵਜੋਤ ਸਿੰਘ ਸਿੱਧੂ ਕਣਕ ਤੋਂ ਐਲਰਜੀ ਉਹਨਾਂ ਨੂੰ ਨਹੀਂ ਆ। ਹਾਲਾਂਕਿ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਆਪਣੀ ਪਟੀਸ਼ਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਇਹੀ ਕਹਿੰਦੇ ਨਜ਼ਰ ਆਏ ਸੀ ਕਿ ਮੈਨੂੰ ਕਣਕ ਤੋਂ ਐਲਰਜੀ ਆ। 34 ਸਾਲ ਪੁਰਾਣੇ ਰੋਡਰੇਜ ਮਾਮਲੇ 'ਚ ਸਜ਼ਾ ਭੁਗਤ ਰਹੇ ਨੇ ਨਵਜੋਤ ਸਿੰਘ ਸਿੱਧੂ। ਇੱਕ ਸਿਆਸਤ ਦਾ ਇੱਕ ਵੱਡਾ ਨਾਮ ਨੇ, ਕ੍ਰਿਕਟ ਦਾ ਇੱਕ ਵੱਡਾ ਨਾਮ ਨੇ, ਪਰ 34 ਸਾਲ ਪੁਰਾਣੇ ਮਾਮਲੇ ਦੇ ਵਿੱਚ ਕਦੇ ਸਿੱਧੂ ਨੂੰ ਰਾਹਤ ਮਿਲਦੀ ਸੀ, ਕਦੇ ਗਾਜ ਸਿੱਧੂ 'ਤੇ ਡਿੱਗਦੀ ਸੀ, ਅਤੇ ਅੰਤ ਨੂੰ ਸੁਪਰੀਮ ਕੋਰਟ ਦੇ ਵੱਲੋਂ 1 ਸਾਲ ਦੀ ਸਜ਼ਾ ਨਵਜੋਤ ਸਿੰਘ ਸਿੱਧੂ ਨੂੰ ਸੁਣਾ ਦਿੱਤੀ ਜਾਂਦੀ ਆ। ਜੇਲ੍ਹ ਦੀਆਂ ਸਲਾਖਾਂ ਪਿੱਛੇ ਸਿੱਧੂ ਜਦੋਂ ਪਹੁੰਚਦੇ ਨੇ, ਤਾਂ ਉੱਥੇ ਪਹੁੰਚਣ ਤੋਂ ਬਾਅਦ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਬੈਰਕ ਨੰਬਰ 10 ਦੇ ਵਿੱਚ ਜਿਹੜਾ ਪਹਿਲਾਂ ਰੱਖਿਆ ਜਾਂਦਾ ਹੈ, ਇਹ ਤਾਂ ਅਜਿਹੇ ਦੇ ਵਿੱਚ 2 ਸਵਾਲ ਸੀ, ਕਿਉਂਕਿ ਸਿੱਧੂ ਨੇ ਸਾਫ ਤੌਰ 'ਤੇ ਕਹਿਤਾ ਸੀ ਕਿ ਜੇਲ੍ਹ ਦੀ ਦਾਲ ਰੋਟੀ ਮੈਂ ਨਹੀਂ ਖਾ ਸਕਦਾ, ਮੈਨੂੰ ਕਣਕ ਤੋਂ ਐਲਰਜੀ ਆ। ਇੱਕ ਦਿਨ ਭੁੱਖਣ ਭਾਣੇ ਵੀ ਦੱਸਿਆ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਪਹਿਲੀ ਰਾਤ ਬਿਨਾਂ ਸੋਏ ਬਿਨਾਂ ਖਾਏ ਪਾਣੀ ਦੇ ਸਹਾਰੇ ਇੱਕ ਥੜੇ 'ਤੇ ਬੈਠ ਕੇ ਜਿਹੜੀ ਉਹ ਰਾਤ ਕੱਟੀ ਸੀ। ਉਸ ਤੋਂ ਬਾਅਦ ਸਿੱਧੂ ਕੋਰਟ ਦਾ ਰੁੱਖ ਕਰਦੇ ਨੇ, ਕੋਰਟ ਦਾ ਰੁੱਖ ਕਰਕੇ ਕਹਿੰਦੇ ਨੇ ਕਿ ਮੈਂ ਇਹ ਖਾਣਾ ਨਹੀਂ ਖਾ ਸਕਦਾ। ਜਿਸ ਤੋਂ ਬਾਅਦ ਸਿੱਧੂ ਨੂੰ ਡਾਇਟ ਪਲਾਨ ਹੈ ਜਿਹੜਾ ਸਿੱਧੂ ਦਾ ਉਹ ਤਿਆਰ ਹੋ ਚੁੱਕੀ ਆ। 7 ਵਾਰ ਖਾਣਾ ਸਿੱਧੂ ਨੂੰ ਦੇਣ ਦੀ ਸਿਫਾਰਸ਼ ਡਾਕਟਰਾਂ ਦੇ ਵੱਲੋਂ ਕੀਤੀ ਗਈ ਆ, ਜਿਨ੍ਹਾਂ ਦੇ ਵਿੱਚ ਨਾਰੀਅਲ ਦਾ ਪਾਣੀ ਸ਼ਾਮਿਲ ਆ, ਬਦਾਮ ਜਿਹੜੇ ਉਹ ਜੇਲ੍ਹ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਹੁਣ ਮਿਲ ਰਹੇ ਨੇ। ਰੋਟੀ ਸਿੱਧੂ 24 ਘੰਟਿਆਂ ਦੇ ਵਿੱਚ ਸਿਰਫ 1 ਰੋਟੀ ਹੀ ਖਾ ਸਕਦੇ ਨੇ। ਹਾਲਾਂਕਿ ਸੂਪ ਸਿੱਧੂ ਨੂੰ ਰੋਜ਼ਾਨਾ ਮਿਲੇਗਾ, ਦਿਨ ਦੇ ਵਿੱਚ 10 ਤੋਂ 12 ਵਾਰੀ ਸਿੱਧੂ ਹੋਰਾਂ ਨੂੰ ਪਾਣੀ ਆ ਜਿਹੜਾ ਉਹ ਪੀਣ ਦੇ ਲਈ ਦਿੱਤਾ ਜਾਵੇਗਾ। 30 ਤੋਂ 45 ਮਿੰਟ ਸਿੱਧੂ ਹੋਰਾਂ ਨੂੰ ਜਿਹੜਾ ਉਹ ਸਲਾਹ ਦਿੱਤੀ ਗਈ ਆ ਕਿ ਕਸਰਤ ਕਰਨੀ ਜ਼ਰੂਰੀ ਆ, ਕਸਰਤ ਹਰ ਹਾਲ ਦੇ ਵਿੱਚ ਸਿੱਧੂ ਦੇ ਲਈ ਸਭ ਤੋਂ ਜ਼ਿਆਦਾ ਜਿਹੜੀ ਉਹ ਫਾਇਦੇਮੰਦ ਰਹਿਣ ਵਾਲੀ ਆ। ਡਾਕਟਰੀ ਜਾਂਚ ਦੇ ਵਿੱਚ ਇਹ ਗੱਲ ਸਾਫ਼ ਹੋ ਗਈ ਆ ਕਿ ਕਣਕ ਤੋਂ ਕੋਈ ਐਲਰਜੀ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਆ।
ਤਾਂ ਅਜਿਹੇ ਦੇ ਵਿੱਚ ਖਾਣੇ ਦਾ ਜਦੋਂ ਨਿਪਟ ਜਾਂਦਾ ਉਸ ਤੋਂ ਬਾਅਦ ਵਾਰੀ ਆਉਂਦੀ ਆ ਕਿ ਨਵਜੋਤ ਸਿੰਘ ਸਿੱਧੂ ਕੰਮ ਕੀ ਕਰਨਗੇ ਜੇਲ੍ਹ ਦੇ ਅੰਦਰ। ਤਾਂ ਸਿੱਧੂ ਸਾਹਿਬ ਨੂੰ ਹੁਣ ਕਲਰਕ ਬਣਨ ਜਾ ਰਹੇ ਨੇ ਕੰਮ। ਬੇਸ਼ੱਕ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ VIP ਹੀ ਮਿਲਿਆ ਹੈ। ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਸਿੱਧੂ ਨੂੰ ਪਟਿਆਲਾ ਜੇਲ੍ਹ ਦੇ ਦਫ਼ਤਰ ਦਾ ਕਲਰਕ ਦਾ ਜਿਹੜਾ ਕੰਮ ਹੈ ਉਹ ਸੌਂਪਿਆ ਗਿਆ। ਸਿੱਧੂ ਸੁਰੱਖਿਆ ਦੇ ਮੱਦੇਨਜ਼ਰ ਇਹ ਕੰਮ ਆ ਜਿਹੜਾ ਉਹ ਕੀਤਾ ਜਾਵੇਗਾ, ਕਲਰਕੀ ਦਾ ਕੰਮ ਸਿੱਧੂ ਦੇ ਵੱਲੋਂ, ਕਿਉਂਕਿ ਦੋ ਤਿੰਨ ਦੱਸਿਆ ਜਾ ਰਿਹਾ ਕਿ ਕੰਮ ਸਿੱਧੂ ਦੇ ਅੱਗੇ ਪੇਸ਼ਕਸ਼ ਕੀਤੀ ਗਈ ਸੀ ਕਿ ਤੁਸੀਂ ਆਸਾਨੀ ਦੇ ਨਾਲ ਕਿਹੜਾ ਕਰ ਸਕਦੇ ਹੋ। ਤਾਂ ਕਲਰਕੀ ਦਾ ਕੰਮ ਸਿੱਧੂ ਦੇ ਵੱਲੋਂ ਉਹ ਜਿਹੜਾ ਉਹ ਲਿਆ ਗਿਆ। ਹਾਲਾਂਕਿ ਦੱਸ ਦਈਏ ਕਿ ਇਹ ਜੋ ਜਾਣਕਾਰੀ ਮਿਲੀ ਆ ਕਿ ਪਹਿਲੇ 3 ਮਹੀਨੇ ਸਿੱਧੂ ਨੂੰ ਕਲਰਕੀ ਦੀ ਸਿਖਲਾਈ ਦਿੱਤੀ ਜਾਊਗੀ, ਜਿਸ ਦੇ ਚੱਲਦਿਆਂ ਪਹਿਲੇ 3 ਮਹੀਨਿਆਂ ਦੀ ਤਨਖਾਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਨਹੀਂ ਮਿਲੂਗੀ। ਸਿਖਲਾਈ ਤੋਂ ਬਾਅਦ, ਯਾਨੀ ਕਿ 3 ਮਹੀਨਿਆਂ ਤੋਂ ਬਾਅਦ ਜਿਹੜਾ ਉਹਨਾਂ ਨੂੰ ਉਹ ਜਿਹੜੀ ਤਨਖਾਹ ਆ ਉਹ ਤਨਖਾਹ ਵੀ ਮਿਲਣੀ ਜਿਹੜੀ ਉਹ ਸ਼ੁਰੂ ਹੋ ਜਾਵੇਗੀ। ਤਾਂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਨਵਜੋਤ ਸਿੰਘ ਸਿੱਧੂ। ਤਾਂ ਪਹਿਲਾਂ VIP ਖਾਣਾ ਅਤੇ ਹੁਣ VIP ਕੰਮ, ਦੋਵੇਂ ਨਵਜੋਤ ਸਿੰਘ ਸਿੱਧੂ ਨੂੰ ਮਿਲ ਚੁੱਕੇ ਨੇ। ਤਾਂ ਦੇਖਣਾ ਤਾਂ ਹੋਵੇਗਾ ਕਿ ਹੁਣ ਆਉਣ ਵਾਲਾ ਸਮਾਂ ਸਿੱਧੂ ਹੋਰਾਂ ਦਾ ਜੇਲ੍ਹ ਦੇ ਵਿੱਚ ਕਿਸ ਪ੍ਰਕਾਰ ਦਾ ਬੀਤਣ ਵਾਲਾ ਹੈਗਾ, ਕਿਉਂਕਿ ਜਿਹੜਾ ਮੁਸ਼ਕਲ ਲੱਗ ਰਿਹਾ ਜਲਦੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਰਾਹਤ ਮਿਲਣੀ, ਕਿਉਂਕਿ ਅੱਗੇ ਜੂਨ ਸ਼ੁਰੂ ਹੋਣ ਵਾਲਾ, ਜੂਨ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਪੈ ਜਾਣਗੀਆਂ। ਅਜਿਹੇ ਦੇ ਚੱਲਦਿਆਂ ਲੱਗਦਾ ਕਹਿ ਸਕਦੇ ਹਾਂ ਕਿ ਕਰੀਬ ਕਰੀਬ ਜਿਹੜਾ ਫਿਲਹਾਲ ਦੀ ਘੜੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕੋਈ ਜ਼ਮਾਨਤ ਮਿਲਦੀ ਨਜ਼ਰ ਨਹੀਂ ਆ ਰਹੀ ਆ। ਅਜਿਹੇ ਦੇ ਵਿੱਚ ਹੁਣ ਲੰਮਾ ਸਮਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਹੀ ਗੁਜ਼ਾਰਨਾ ਪਵੇਗਾ। ਪਰ VIP ਖਾਣੇ ਅਤੇ VIP ਕੰਮ ਦੇ ਚੱਲਦਿਆਂ